सरकारी स्कूलों च टीचरां दा सरजीत पात्र की एक कविता है कि लकी जे तेरे काजे छुरी नहीं तो यह ना समझ के शहर की हालत बुरी भी नहीं। मजदूर बाणी टीवी देख रहे सारे दर्शकों का मैं बलकार रामगढ़िया स्वागत करता हाँ। साथियों अज असी खड़े हैं गर्ल स्कूल कुड़ियों का जिहड़ा स्कूल है सरकारी ते बच्चों ने अज एक रोस मार्च कढ़िया है। बच्चों नाल भी गलबात करांगे ते पेरेंट्स है जिहड़े उन्हां नाल भी गलबात करांगे भी रोस मार्च जिहड़ा अज कढ़िया गया इहदे की मायने ने और क्यों कढ़िया गया। हाँ जी भाई सत श्री अकाल। सत श्री अकाल जी। क्यों कढ़िया गया जिहड़ा रोस मार्च पूरे शहर दे विच? कि जी दरअसल स्कूलों दे विच जिहड़ा ट्रांसफर ड्राइव दे बहाने अध्यापकां दी काफ़ी कमी आ गई उन्हूं लै के बीती 29 तरीक नूं इत्थे बच्चों ने मापिया ने ते सारे जथेबंदियों वालों इत्थे स्कूल नूं ताला ला के धरना प्रदर्शन किया गया सीगा। BEO नूं मंग पत्र भी दिता सी 5 दिन का समा दिता सी कि इत्थे अध्यापक भेजे जाण पर उहदे ते कोई एक्शन नहीं अजे तक होया। अज फिर इत्थे दोबारा इकट्ठ करके पूरे शहर दे विच थां थां ते जनतक सभावां करके ते रोस मार्च कढ़िया गया है ते नाल ही ये ऐलान किया गया है कि जे अजे भी सरकार कोई कार्रवाई नहीं करती ते जिहड़ा 9 तरीक दा सारे जिले दे विच सद्दा आ उत्थे राणियां दे लोक भी 9 तरीक नूं विश्वकर्मा मंदिर के कोल PNB बैंक के कोल इकट्ठे होणगे ते 3 घंटे लई सड़क जाम करनगे इत्थे क्योंकि इत्थे राणियां दी स्थिति यह है जी कि इत्थे 5 स्कूल ने जे कुल मिला के सारे सरकारी गिन लिए तो उन्हां दे विच 55 अध्यापकों की लोड़ आ। एड्डी वड्डी पद्धर ते अध्यापकों की कमी है तो सरकार इत्थे कोई गौर नहीं कर रही ਇਹਦੇ ਲਈ ਜਿਹੜੇ ਅੱਜ ਮਾਪੇ ਇਕੱਠੇ ਹੋਏ ਨੇ ਸਾਡੇ ਨਾਲ ਸਟੂਡੈਂਟ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ ਬੇਟਾ ਕੀ ਕਹਿਣਾ ਚਾਹੁੰਦੇ ਕਿੰਨੇ ਕੁ ਟੀਚਰ ਕਮੀ ਹੈ ਕਿੰਨੇ ਚਿਰ ਤੋਂ ਕਮੀ ਆ ਰਹੀ ਸਭ ਤੋਂ ਪਹਿਲਾਂ ਨਾਮ ਦੱਸ ਦਿਓ ਆਪਣਾ। ਮੇਰਾ ਨਾਮ ਸਰੀਨਾ ਮੈਂ +2D ਕਾਮਰਸ ਸਟ੍ਰੀਮ ਇੱਥੇ ਸਾਡੇ ਕੋਲ ਟੀਚਰ ਨਹੀਂ ਗਏ ਟੀਚਰ ਹਨ ਵੀ ਤਾਂ ਬਹੁਤ ਥੋੜ੍ਹੇ ਨੇ ਸਾਨੂੰ ਜੋ ਟੀਚਰ ਚਾਹੀਦੇ ਆ ਉਹ ਟੀਚਰ ਦੀ ਟ੍ਰਾਂਸਫਰ ਕਰ ਦਿੱਤੀ ਹੈ ਅਤੇ ਕੋਈ ਉਹਦੇ 'ਤੇ ਦੂਜਾ ਟੀਚਰ ਨਹੀਂ ਭੇਜਿਆ ਹੋਇਆ। ਸਾਡੀ ਸਟੱਡੀ ਬਹੁਤ ਖਰਾਬ ਹੈ 29 ਸਤੰਬਰ ਤੋਂ ਸਾਡੇ ਪੇਪਰ ਵੀ ਨੇ ਇੱਥੇ ਕੋਈ ਟੀਚਰਸ ਨਹੀਂ ਗਾ ਜੋ ਸਾਨੂੰ ਸਿਲੇਬਸ ਪੂਰਾ ਕਰਵਾ ਸਕੇ ਤਾਂ ਸਾਡੀ ਸਰਕਾਰ ਨੂੰ ਇਹ ਮੰਗ ਹੈ ਕਿ ਸਾਡੇ ਮੰਗ ਨੂੰ ਸੁਣਾ ਜਾਵੇ ਅਤੇ ਸਾਡੇ ਇੱਥੇ ਟੀਚਰ ਭੇਜਿਆ ਜਾਵੇ। ਖਾਸ ਗੱਲ ਇਹ ਹੈ ਕਿ ਟੀਚਰਸ ਦੋ ਲੈਬਾਂ ਦੋ ਲੈਂਗੁਏਜ ਲੈਬ ਦੋ ਕੰਪਿਊਟਰ ਲੈਬ ਉਹਨਾਂ ਵਾਸਤੇ ਕੋਈ ਟੀਚਰ ਤਾਂ ਭੇਜ ਨਹੀਂ ਰਹੀ ਅਤੇ ਸਾਡੀ ਸਰਕਾਰ ਨੂੰ ਇਹੀ ਮੰਗ ਹੈ ਕਿ ਸਾਡੇ ਟੀਚਰ ਪੂਰੇ ਕੀਤੇ ਜਾਵੇ ਜਿਸ ਕਰਕੇ ਅਸੀਂ ਪੜ੍ਹ ਸਕੀਏ ਟੀਚਰ ਹੋਣ ਕਰਕੇ। ਨਹੀਂ ਤਾਂ ਫਿਰ ਸਰਕਾਰ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਐਵੇਂ ਮਤਲਬ ਨਾਰਾ ਦਿੱਤਾ ਅਗਰ ਟੀਚਰ ਨਾ ਹੋਣਗੇ ਤਾਂ ਬੇਟੀ ਪੜ੍ਹੇਗੀ ਕਿੱਥੋਂ। ਅਤੇ ਸਾਡੀ ਸਰਕਾਰ ਨੂੰ ਪੂਰੀ ਪੂਰੀ ਮੰਗ ਇਹੀ ਹੈ ਕਿ ਸਾਡੀ ਮੰਗ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਅਗਰ ਸਰਕਾਰ ਕੋਈ ਸਾਡੇ 'ਤੇ ਇਸ਼ੂ ਲਾਉਂਦੀ ਹੈ ਜਾਂ ਸਾਡੀ ਗੱਲ ਨਹੀਂ ਸੁਣਦੀ ਤਾਂ ਅਸੀਂ 9 ਤਰੀਕ ਨੂੰ ਵਿਸ਼ਵਕਰਮਾ ਗੁਰਦੁਆਰੇ ਕੋਲ ਧਰਨਾ ਲਾ ਰਹੇ ਹਾਂ 3 ਘੰਟਿਆਂ ਲਈ। ਸਾਡੀ ਸਰਕਾਰ ਨੂੰ ਇਹੀ ਮੰਗ ਹੈ ਕਿ ਸਾਡੀ ਮੰਗ ਨੂੰ ਪੂਰਾ ਕੀਤਾ ਜਾਵੇ। ਬੇਟਾ ਕੀ ਪਰੇਸ਼ਾਨੀਆਂ ਹੋਰ ਕੋਈ ਕਮੀਆਂ ਸਕੂਲ 'ਚ ਆ ਰਹੀਆਂ ਹੁਣ ਕੀ ਦਿੱਕਤਾਂ ਆ ਰਹੀਆਂ ਤੁਹਾਨੂੰ? ਸਟੱਡੀ ਦੀਆਂ ਪੜ੍ਹਾਈ ਵਗੈਰਾ 'ਚ ਕੋਈ ਟੀਚਰਸ ਆਉਂਦੇ ਨਹੀਂ ਗੇ ਕਲਾਸਾਂ 'ਚ ਅਗਰ ਆਉਂਦੇ ਆ ਫਿਰ ਸਟੱਡੀ ਵਧੀਆ ਹੁੰਦੀ ਨਹੀਂ ਗੀ ਜੋ ਆਏ ਵੀ ਆ ਅਤੇ ਮਤਲਬ ਉੱਦਾਂ ਦੇ ਹੋ ਹੀ ਨਹੀਂ ਆਉਂਦਾ ਕਸੇ ਬਸ। ਅਤੇ ਮੈਂ ਵੀ ਉੱਪਰ ਜਾ ਕੇ ਦੇਖਿਆ ਸੀ ਤੁਹਾਡੀਆਂ ਕਲਾਸਾਂ ਦੇ ਵਿੱਚ ਕਾਫੀ ਸੰਖਿਆ ਦੇ ਵਿੱਚ ਕੰਪਿਊਟਰ ਵਗੈਰਾ ਪਏ ਸੀ ਕੀ ਕੰਪਿਊਟਰ ਵਗੈਰਾ ਦੇ ਟੀਚਰ ਤੁਹਾਡੇ ਇੱਥੇ ਪੂਰੇ ਨਹੀਂ ਹੈਗੇ? ਲੈਂਗੁਏਜ ਲੈਬ ਆ ਉਹਦੇ 'ਚ ਟੀਚਰ ਹੈ ਨਹੀਂ ਗੇ ਨਾ ਕੰਪਿਊਟਰ ਦੇ ਆ ਨਾ ਲੈਂਗੁਏਜ ਲੈਬ ਦੇ ਟੀਚਰ ਆ। ਕੰਪਿਊਟਰ ਚੱਲਦੇ ਨੇ? ਨਹੀਂ ਚੱਲਦੇ। ਕਿੰਨੇ ਚਿਰ ਤੋਂ ਖਰਾਬ ਨੇ? ਸਾਲ ਤੋਂ। ਸਾਲ ਤੋਂ ਖਰਾਬ ਨੇ ਅਤੇ ਸਾਡੇ ਨਾਲ ਭੈਣਾਂ ਵੀ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਅੱਜ ਰੋਸ ਮਾਰਚ ਕੱਢਿਆ ਹੈਗਾ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰਕਾਰ ਤੋਂ ਕੀ ਮੰਗ ਕਰਦੇ ਹੋ? ਮੰਗ ਇਹ ਕਰਨਾ ਸਾਨੂੰ ਸਕੂਲ 'ਚ ਬੱਚਿਆਂ ਨੂੰ ਟੀਚਰ ਪੂਰੇ ਕਰਕੇ ਦਿੱਤੇ ਜਾਣ। ਅਤੇ ਇਹ ਸਨ ਸਾਡੇ ਨਾਲ ਬੱਚਿਆਂ ਦੇ ਜਿਹੜੇ ਮਾਪੇ ਬੱਚਿਆਂ ਨਾਲ ਵੀ ਗੱਲ ਕੀਤੀ ਹੈ। ਬੱਚੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਅਤੇ ਸਰਕਾਰਾਂ ਨੂੰ ਇਹਨਾਂ ਬੱਚਿਆਂ ਦੀ ਸੁਧ ਲੈਣੀ ਚਾਹੀਦੀ ਹੈ ਨਹੀਂ ਤਾਂ ਬੱਚਿਆਂ ਨੇ ਚੇਤਾਵਨੀ ਦਿੱਤੀ ਆਉਣ ਵਾਲੀ 9 ਤਰੀਕ ਨੂੰ ਰੋਡ ਜਾਮ ਕਰਕੇ 3 ਘੰਟਿਆਂ ਲਈ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਏਗੀ ਕਿ ਸਾਡੀ ਮੰਗ ਨੂੰ ਪੂਰਾ ਕਰੇ। ਅਗਲੀ ਕਾਰਵਾਈ ਜਿਹੜੀ ਹੈ ਉਹ 9 ਤਰੀਕ ਤੋਂ ਬਾਅਦ ਅਸੀਂ ਦੱਸਾਂਗੇ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ। ਬਹੁਤ ਬਹੁਤ ਧੰਨਵਾਦ।